ਹੁਸ਼ਿਆਰਪੁਰ ਦੇ ਪਿੰਡ ਖਨੌੜਾ ਦੇ ਵਾਸੀਆਂ ਨੇ ਇੱਕ ਗ੍ਰੰਥੀ ਦੇ ਲੱਗੇ ਨਾਬਾਲਗ ਲੜਕੀ ਨਾਲ ਛੇੜਛਾੜ ਦੇ ਦੋਸ਼ਾਂ ਤੋਂ ਬਾਅਦ ਪੁਲਿਸ ਦੀ ਕਾਰਵਾਈ ਤੇ ਸਵਾਲ ਕਰਦੇ ਹੋਏ ਹੁਸ਼ਿਆਰਪੁਰ ਫਗਵਾੜਾ ਰੋਡ ਜਾਮ ਕਰ ਦਿੱਤਾ। ਇਸ ਤੋਂ ਪਹਿਲਾਂ ਪਿੰਡ ਵਾਸੀਆਂ ਨੇ ਸ਼ਿਕਾਇਤਕਰਤਾ 'ਚ ਮੁੱਖ ਭੂਮਿਕਾ ਨਿਭਾਉਣ ਵਾਲੇ ਪਿੰਡ ਦੇ ਸਾਬਕਾ ਕਾਂਗਰਸੀ ਸਰਪੰਚ ਦੀ ਕੁੱਟਮਾਰ ਕੀਤੀ ਅਤੇ ਬਾਅਦ 'ਚ ਰੋਡ ਜਾਮ ਕਰਕੇ ਪ੍ਰਦਰਸ਼ਨ ਕੀਤਾ। ਕਰੀਬ 2 ਘੰਟੇ ਰੋਡ ਜਾਮ ਕਰਨ ਤੋਂ ਬਾਅਦ ਦੋਵੇਂ ਪਾਰਟੀਆਂ 'ਚ ਰਾਜ਼ੀਨਾਮਾ ਹੋਇਆ ਅਤੇ ਪੁਲਿਸ ਨੇ ਜਾਮ ਖੁਲਵਾਇਆ। ਮਿਲੀ ਜਾਣਕਾਰੀ ਮੁਤਾਬਕ ਪੀੜਤ ਲੜਕੀ ਦੇ ਪਿਤਾ ਨੇ ਪਿੰਡ ਖਨੌੜਾ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ 'ਤੇ ਆਪਣੀ ਨਾਬਾਲਗ ਧੀ ਨਾਲ ਛੇੜਛਾੜ ਕਰਨ ਦੇ ਦੋਸ਼ ਲਗਾਏ ਹਨ। ਪੀੜਤ ਪਰਿਵਾਰ ਨੇ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਪੁਲਿਸ ਤੁਰੰਤ ਕਾਰਵਾਈ ਕਰਦਿਆਂ ਗ੍ਰੰਥੀ ਨੂੰ ਥਾਣੇ ਲੈ ਆਈ। ਪਿਤਾ ਨੇ ਦੱਸਿਆ ਕਿ ਪਿੰਡ ਖਨੌੜਾ ਦੇ ਗੁਰਦੁਆਰਾ ਸਾਹਿਬ 'ਚ ਪਿਛਲੇ ਕਰੀਬ 15 ਸਾਲਾਂ ਤੋਂ ਡਿਊਟੀ ਨਿਭਾ ਰਹੇ ਗ੍ਰੰਥੀ ਸੁਖਦੇਵ ਸਿੰਘ ਨੇ ਉਸ ਦੀ ਨਾਬਾਲਗ ਬੱਚੀ ਨਾਲ ਗੁਰੂ ਘਰ 'ਚ ਛੇੜਛਾੜ ਕੀਤੀ ਹੈ। ਸਾਬਕਾ ਸਰਪੰਚ ਪਰਮਜੀਤ ਸਿੰਘ ਵੱਲੋਂ ਲੜਕੀ ਦੇ ਬਿਆਨ ਪੁਲਿਸ ਨੂੰ ਦਵਾਏ ਗਏ ਅਤੇ ਪਿੰਡ ਦੇ ਗ੍ਰੰਥੀ ਨੂੰ ਬਿਨਾਂ ਕਿਸੇ ਨੂੰ ਦੱਸੇ ਮਿਹਟਿਆਣਾ ਥਾਣੇ ਲੈ ਗਏ। ਇਸ ਤੋਂ ਬਾਅਦ ਪੂਰਾ ਪਿੰਡ ਸੜਕਾਂ 'ਤੇ ਉਤਰ ਆਇਆ ਅਤੇ ਥਾਣੇ ਪਹੁੰਚੇ। ਇਸੇ ਦੌਰਾਨ ਥਾਣੇ 'ਚ ਸਾਬਕਾ ਸਰਪੰਚ ਅਤੇ ਪਿੰਡ ਵਾਸੀਆਂ 'ਚ ਝੜਪ ਹੋ ਗਈ ਅਤੇ ਪਿੰਡ ਵਾਸੀਆਂ ਨੇ ਥਾਣੇ 'ਚ ਸਰਪੰਚ ਦੀ ਕੁੱਟਮਾਰ ਕਰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਸਾਬਕਾ ਸਰਪੰਚ ਨੂੰ ਬਚਾਇਆ। ਪਿੰਡ ਵਾਸੀਆਂ 'ਚ ਰੋਸ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਸਾਬਕਾ ਸਰਪੰਚ ਪਿੰਡ ਦੇ ਹੋਰ ਲੋਕਾਂ ਦੇ ਮਾਮਲੇ ਦਰਜ ਕਰਵਾ ਕੇ ਮੋਟੀ ਰਕਮ ਵਸੂਲਣ ਦਾ ਕੰਮ ਕਰਦਾ ਹੈ। ਉਹਨਾਂ ਕਿਹਾ ਕਿ ਇਸ ਮਾਮਲੇ 'ਚ ਜੇਕਰ ਗ੍ਰੰਥੀ 'ਤੇ ਦੋਸ਼ ਲੱਗੇ ਹਨ ਤਾਂ ਗੁਰਦੁਆਰਾ ਸਾਹਿਬ 'ਚ ਲੱਗੇ CCTV ਕੈਮਰੇ ਵੀ ਕਿਉਂ ਨਹੀਂ ਚੈੱਕ ਕੀਤੇ, ਜਿਸ ਨਾਲ ਪੂਰਾ ਸੱਚ ਸਾਹਮਣੇ ਆ ਜਾਵੇਗਾ। ਮਾਮਲਾ ਉਲਝਦਾ ਦੇਖ ਪੁਲਿਸ ਨੇ ਦੋਵਾਂ ਪਾਰਟੀਆਂ ਨੂੰ ਥਾਣੇ ਬੁਲਾਇਆ ਅਤੇ ਆਪਸੀ ਸਮਝੌਤਾ ਕਰਵਾ ਕੇ ਰਾਜ਼ੀਨਾਮਾ ਕਰਵਾ ਦਿੱਤਾ। DSP ਸਤਿੰਦਰਪਾਲ ਸਿੰਘ ਚੱਡਾ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਗ੍ਰੰਥੀ ਨੇ ਪਿੰਡ ਦੀ ਬੱਚੀ ਨਾਲ ਛੇੜਛਾੜ ਕੀਤੀ ਹੈ। ਸਹਿਮਤੀ ਤੋਂ ਬਾਅਦ ਰੋਡ ਜਾਮ ਨੂੰ ਖੁਲਵਾਇਆ ਗਿਆ। ਜੇ ਝੂਠਾ ਬਾਬਾ ਜੀ ਹੁੰਦੇ ਤਾਂ ਕੋਈ ਮਗਰ ਨਹੀਂ ਤੁਰਦਾ। ਬਾਬਾ ਜੀ ਨੂੰ ਨਹੀਂ ਛੱਡਦੇ, ਉਹਨਾਂ ਚੱਕਰ ਅਸੀਂ ਇੱਥੇ ਜਾਮ ਲਾਵਾਂਗੇ। ਜੇ ਸਾਨੂੰ ਪੁਲਿਸ ਕੁੱਟੂਗੀ ਮਾਰੂਗੀ, ਅਸੀਂ ਇੱਥੇ ਤੱਕ ਕੁੱਟ ਖਾਣ ਤੱਕ ਵੀ ਤਿਆਰ ਹਾਂ। ਸਾਡੇ ਸਾਬਕਾ ਸਰਪੰਚ ਪਰਮਜੀਤ ਸਿੰਘ ਜੋ ਕਿ ਕਾਂਗਰਸ ਪਾਰਟੀ ਨਾਲ ਬਿਲੋਂਗ ਕਰਦੇ ਆ, ਕਿਉਂਕਿ ਉਹਦਾ ਸ਼ੁਰੂ ਤੋਂ ਹੀ ਇਹ ਕੰਮ ਹੈ ਕਿ ਲੋਕਾਂ ਨੂੰ ਫਸਾਉਣਾ ਅਤੇ ਬਾਅਦ ਵਿੱਚ ਰਾਜ਼ੀਨਾਮੇ ਕਰਾਉਣੇ ਔਰ ਲੋਕਾਂ ਤੋਂ ਪੈਸੇ ਵਸੂਲਣੇ। ਕਿਉਂਕਿ ਅਸੀਂ ਤਾਂ ਮੈਂ ਥਾਣੇ ਅੰਦਰ ਗਿਆ AIU ਕੋਲ, ਮੈਂ ਕਿਹਾ ਵੀ ਤੁਸੀਂ ਇੱਦਾਂ ਕਰੋ, ਜੇ ਤੁਹਾਨੂੰ ਮੰਨ ਲਓ ਇੱਦਾਂ ਡਾਊਟ ਆ, ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਕੈਮਰੇ ਲੱਗੇ ਹੋਏ ਆ, ਠੀਕ ਆ ਜੀ, ਤੁਸੀਂ ਕੈਮਰੇ ਚੈੱਕ ਕਰਾ ਲਓ, ਕਿਸੇ ਦਾ ਵੀ ਮੰਨ ਲਓ ਕਿਸੇ ਨੂੰ ਦੋਸ਼ੀ ਨਾ ਕਹੋ, ਕੈਮਰੇ ਚੈੱਕ ਕਰਾ ਕੇ ਉਹਦੀ ਵਾਈਟਲ ਆਪਣੇ ਦੇਖੋ, ਫੁਟੇਜ ਦੇਖੋ, ਤਾਂ ਕਿ ਸੱਚ ਦਾ ਸੱਚ ਝੂਠ ਦਾ ਝੂਠ ਸਾਹਮਣੇ ਆ ਸਕੇ। ਫਿਲਹਾਲ ਪੁਲਿਸ ਪਾਰਟੀ ਨੇ ਮਾਮਲਾ ਉਲਝਦਾ ਦੇਖ ਦੋਨਾਂ ਪਾਰਟੀਆਂ ਦੇ ਵਿੱਚ ਸਹਿਮਤੀ ਕਰਵਾਈ ਅਤੇ ਉੱਥੋਂ ਦੀ ਰਸਤਾ ਖੁਲਵਾਇਆ। ਗੁਰਦੁਆਰਾ ਸਿੰਘ ਸਭਾ ਦੇ ਜਿਹੜੇ ਗੁਰਦੁਆਰੇ ਵਾਲੇ ਪਾਠੀ ਆ, ਉਹਨਾਂ ਨੇ ਮੇਰੇ ਨਾਲ ਗਲਤ ਹਰਕਤਾਂ ਕੀਤੀਆਂ, ਮੈਨੂੰ ਥਾਂ ਥਾਂ ਟੱਚ ਕੀਤਾ। ਮੈਨੂੰ ਅੱਜ ਸਾਡੇ ਅੱਜ ਗੈਸਟ ਆਏ ਹੋਏ ਸੀਗੇ, ਮੈਨੂੰ ਉੱਧਰ ਗੁਰਦੁਆਰੇ ਗਈ ਸੀ ਭਾਂਡੇ ਲੈਣ, ਉਹਨਾਂ ਨੇ ਮੈਨੂੰ ਉਹਨਾਂ ਨੇ ਲੰਗਰ ਹਾਲ ਦੀਆਂ ਲੌਕ ਖੋਲ੍ਹੇ ਅਤੇ ਲੌਕ ਖੋਲ੍ਹ ਕੇ ਲਾਈਟਾਂ ਔਨ ਕੀਤੀਆਂ ਅਤੇ ਮੈਨੂੰ ਕਹਿੰਦੇ ਤੂੰ ਉੱਧਰਲੇ ਕਮਰੇ ਵਿੱਚ ਦੇਖ ਲੈ ਕਿੱਥੇ ਪਏ ਆ ਭਾਂਡੇ ਜਿਹੜੇ ਗੁਰਦ ਨੂੰ ਚਾਹੀਦੇ ਆ। ਮੈਂ ਉਹਨਾਂ ਨੂੰ ਕਿਹਾ ਮੈਨੂੰ ਨਹੀਂ ਪਤਾ ਭਾਂਡੇ ਕਿਹੜੇ ਕਿੱਥੇ ਪਏ ਆ ਤੁਹਾਡੇ ਭਾਂਡੇ, ਉਹਨਾਂ ਨੇ ਮੈਨੂੰ ਕਹਿੰਦੇ ਤੂੰ ਉੱਧਰ ਦੇਖ ਲੈ। ਮੈਂ ਉੱਧਰ ਦੇਖਣ ਗਈ ਅਤੇ ਉਹਨਾਂ ਨੇ ਮੈਨੂੰ ਫੜ ਕੇ ਹੱਗ ਕੀਤਾ, ਟੱਚ ਕੀਤਾ, ਲਿਪਸ ਤੇ ਕਿਸ ਕੀਤਾ, ਕੱਪੜੇ ਉਤਾਰਨ ਦੀ ਕੋਸ਼ਿਸ਼ ਕੀਤੀ। ਤੁਹਾਡਾ ਕਿਹੜਾ ਪਿੰਡ ਆ ਤੁਹਾਡਾ? ਖਨੌੜਾ। ਗ੍ਰੰਥੀ ਦਾ ਕੋਈ ਨਾਮ ਪਤਾ ਤੁਹਾਨੂੰ? ਸੁਖਦੇਵ ਸਿੰਘ। ਅੱਛਾ, ਉਹ ਸੁਖਦੇਵ ਸਿੰਘ ਉੱਥੇ ਪੱਕਾ ਗ੍ਰੰਥੀ ਲੱਗਾ? ਹਾਂਜੀ। ਜਦੋਂ ਤੁਸੀਂ ਗਏ ਤੁਹਾਨੂੰ ਕੀ ਕਿਹਾ ਉਹਨੇ ਪਹਿਲਾਂ? ਉਹਨਾਂ ਨੇ ਬਸ ਮੈਨੂੰ ਇੱਦਾਂ ਕਿਹਾ ਕਿ ਅੰਦਰ ਜਾ ਕੇ ਭਾਂਡੇ ਆਪ ਦੇਖ ਲਾ, ਅੰਦਰ ਕੋਈ ਕੈਮਰਾ ਨਹੀਂ ਲੱਗਾ ਹੈਗਾ। ਅੱਛਾ। ਉਹ ਕਹਿੰਦੇ ਕਿ ਭਾਂਡੇ ਦੇਖ ਲੈ ਕਿਹੜੇ ਆ, ਅਤੇ ਮੈਂ ਜਦੋਂ ਅੰਦਰ ਗਈ ਅਤੇ ਉਹਨਾਂ ਨੇ ਮੈਨੂੰ ਗਲਤ ਹਰਕਤਾਂ ਕੀਤੀਆਂ। ਕੁੜੀ ਸਾਡੇ ਗਈ ਸੀ ਉਹਨਾਂ ਦੇ ਘਰ ਝਰਨੀ ਲੈਣ। ਕਿੱਥੇ ਗਈ ਸੀ ਕੁੜੀ? ਗੁਰਦੁਆਰੇ ਸਾਹਿਬ ਜੀ। ਅੱਛਾ। ਇਹ ਸੀਗਾ ਇਕੱਲਾ ਕੁੜੀ ਨੂੰ ਦੇਖ ਕੇ ਅੰਦਰ ਕੁੰਡਾ ਲਾ ਰਿਹਾ। ਅੱਛਾ। ਉਹਨਾਂ ਇਹਨਾਂ ਬਹੁਤ ਸ਼ਰਾਰਤਾਂ ਕੀਤੀਆਂ ਜ਼ਿਆਦਾ ਜੀ। ਹਾਂਜੀ। ਕੀ ਸ਼ਰਾਰਤਾਂ? ਸ਼ਰਾਰਤ ਬਹੁਤ, ਕੱਪੜੇ ਨਾਲ ਤਾਰੇ ਆ ਜੀ। ਅੱਛਾ। ਹਾਂਜੀ। ਅਤੇ ਕੁੜੀ ਇੱਥੋਂ ਰੌਲਾ ਪਾ ਕੇ ਮੈਂ ਛੁੱਟੀਆਂ ਨੂੰ ਮੂੰਹ ਮੋਰੇ ਹੱਥ ਦੇ ਦਿੱਤਾ ਜੀ। ਹੁਣ ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ? ਹਾਂਜੀ, ਮੰਗ ਕੀ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ? ਮੰਗ ਕਰਦੇ ਨੂੰ ਦੱਸ, ਚਾਹੀਦਾ ਇਹਨੂੰ ਸਜ਼ਾ ਚਾਹੀਦੀ ਆ ਜੀ। ਦੇਖੋ ਜੀ, ਲੜਕੀ ਨੇ ਐਲੀਗੇਸ਼ਨ ਲਾਏ ਸੀ, ਉਹਦੇ ਰਿਗਾਰਡਿੰਗ ਇੱਕ ਵਾਰੀ ਤਾਂ ਦੋਨਾਂ ਪਾਰਟੀਆਂ 'ਚ ਬੈਠ ਕੇ ਆਪਸੀ ਸਹਿਮਤੀ ਹੋ ਗਈ ਸੀ ਅਤੇ ਉਹਨੇ ਮਾਫੀਨਾਮਾ ਦੇ ਦਿੱਤਾ ਸੀਗਾ। ਬਾਕੀ ਅਸੀਂ ਆਪਣੇ ਤੌਰ 'ਤੇ ਪੜਤਾਲ ਕਰ ਰਹੇ ਹੈਗੇ ਹਾਂ, ਜੋ ਔਨ ਮੈਰਿਟ ਹੋਏਗਾ ਉਹਦੇ ਮੁਤਾਬਕ ਅਸੀਂ ਦੇਖਾਂਗੇ। ਕਹਿੰਦੇ ਕੋਈ ਲੜਾਈ ਝਗੜਾ ਵੀ ਹੋਇਆ ਕੋਈ ਪੁਲਿਸ ਦੇ ਥਾਣੇ ਦੇ ਵਿੱਚ? ਹੱਥੋਂ ਪਾਈ ਦੋਨੋਂ ਤੇ ਰਾਮ ਜਾਣਾ ਜੀ ਕੋਈ? ਨਹੀਂ, ਮੇਰੇ ਨੋਟਿਸ 'ਚ ਇੱਦਾਂ ਦੀ ਗੱਲ ਨਹੀਂ ਹੈਗੀ ਕੋਈ। ਅੱਛਾ ਜੀ।
ਵੀ ਕੋਈ ਹੱਥੋਂ ਪਾਈ ਹੋਏ ਬਾਹਰ ਹੋਏ ਹੁਣ ਤਾਂ ਮੈਂ ਕਹਿ ਨਹੀਂ ਮੇਰੇ ਹੁੰਦੇ ਹੋਏ ਕੋਈ ਇੱਦਾਂ ਦੀ ਗੱਲ ਨਹੀਂ ਉਹਨਾਂ ਦਾ ਇਹ ਕਹਿਣਾ ਕਿ ਐਸ ਐਚ ਓ ਦੇ ਕਮਰੇ ਤੱਕ